ਗਿੱਦੜਬਾਹਾ ਦੇ ਵਿਰਕ ਪੈਲਸ ਵਿਖੇ ਵਰਧਮਾਨ ਸਕੂਲ ਗਿੱਦੜਬਾਹਾ ਵੱਲੋਂ ਕਰਵਾਇਆ ਗਿਆ ਸਾਲਾਨਾ ਸ਼ਾਨਦਾਰ ਸੱਭਿਆਚਾਰਕ ਅਤੇ ਇਨਾਮ ਵੰਡ ਸਮਾਗਮ ਯਾਦਗਾਰੀ ਹੋ ਨਿਬੜਿਆ, ਜਿਸ ਦੀ ਅਗਵਾਈ ਸਕੂਲ ਦੀ ਪ੍ਰਿੰਸੀਪਲ ਮੈਡਮ ਅਨੂ ਜੈਨ ਨੇ ਕੀਤੀ। ਸਮਾਗਮ ਦੇ ਮੁੱਖ ਮਹਿਮਾਨਾਂ ਡਾਕਟਰ ਰਾਜੀਵ ਜੈਨ ਅਤੇ ਡਾਕਟਰ ਮੋਨਿਕਾ ਜੈਨ ਸਨ। ਮੈਨੇਜਿੰਗ ਡਾਇਰੈਕਟਰ ਡਾਕਟਰ ਸੁਨੀਲ ਜੈਨ ਵੱਲੋਂ ਪ੍ਰੋਗਰਾਮ ਦੀ ਆਰੰਭਤਾ ਸਮਾਂ ਰੋਸ਼ਨ ਕਰਕੇ ਕੀਤੀ ਗਈ। ਸੱਭਿਆਚਾਰ ਸਮਾਗਮ ਦੀ ਸ਼ੁਰੂਆਤ ਸਕੂਲ ਦੀਆਂ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ ਨਾਲ ਕੀਤੀ। ਇਸ ਉਪਰੰਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਕੋਰੀਓਗ੍ਰਾਫੀ, ਗਰੁੱਪ ਡਾਂਸ, ਸੋਲੋ ਡਾਂਸ, ਝੂਮਰ, ਲੁੱਡੋ, ਫੈਂਸੀ ਡਰੈੱਸ, ਕਵਾਲੀਆਂ, ਗੀਤ ਸੰਗੀਤ ਅਤੇ ਗਿੱਧੇ ਭੰਗੜੇ ਤੋਂ ਇਲਾਵਾ ਵੱਖ ਵੱਖ ਸਮਾਜਿਕ ਬੁਰਾਈਆਂ ਉੱਪਰ ਚੋਟ ਕਰਦੀਆਂ ਸਕਿੱਟਾਂ ਅਤੇ ਦੇਸ਼ ਭਗਤੀ ਦੇ ਗੀਤ ਪੇਸ਼ ਕਰਕੇ ਚੰਗਾ ਰੰਗ ਬੰਨਿਆ। ਇਸ ਮੌਕੇ ਮੈਡਮ ਰਿਤੂ ਰਾਣੀ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹ ਕੇ ਸੁਣਾਈ ਅਤੇ ਸਕੂਲ ਦੀਆਂ ਪ੍ਰਾਪਤੀਆਂ 'ਤੇ ਚਾਨਣ ਪਾਇਆ। ਸਮਾਰੋਹ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਸਕੂਲ ਦੀਆਂ ਵਿਦਿਆਰਥਣਾਂ ਜਸਮੀਨ ਕੌਰ ਟੱਲਾ, ਰਿੱਧੀ ਬਾਂਸਲ ਅਤੇ ਰਮਨਪ੍ਰੀਤ ਕੌਰ ਵੱਲੋਂ ਬਖੂਬੀ ਨਿਭਾਈ ਗਈ। ਜੋ ਐਨੂਅਲ ਫੰਕਸ਼ਨ ਸੀ ਉਹ ਬੜੇ ਅੱਛੇ ਢੰਗ ਨਾਲ ਬੱਚਿਆਂ ਨੇ ਪਰਫੋਰਮ ਕੀਤਾ। ਉਸਦਾ ਸਾਡਾ ਮੇਨ ਮਕਸਦ ਸੀ ਕਿ ਬੱਚਿਆਂ ਦਾ ਜੋ ਟੇਲੈਂਟ ਹੈ ਉਹ ਅਸੀਂ ਪੇਰੈਂਟਸ ਦੇ ਸਾਹਮਣੇ ਲਿਆਉਣਾ ਔਰ ਉਹਨਾਂ ਨੂੰ ਅੱਗੇ ਜਿੰਨਾ ਵੱਧ ਤੋਂ ਵੱਧ ਟੈਲੈਂਟਡ ਬਣਾ ਸਕੀਏ ਉਸ ਦੀ ਅਸੀਂ ਟਰਾਈ ਕਰਨੀ ਹੈ। ਪੂਰਾ ਸਾਲ ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਕਿ ਬੱਚੇ ਦੇ ਵਿੱਚ ਜਿੰਨਾ ਵੀ ਟੇਲੈਂਟ ਅਸੀਂ ਭਰ ਸਕਦੇ ਹਾਂ ਉਹਨਾਂ ਅਸੀਂ ਕੋਸ਼ਿਸ਼ ਕਰੀਏ ਔਰ ਇਹ ਉਸੇ ਦਾ ਹੀ ਇੱਕ ਪਾਰਟ ਸੀ ਔਰ ਇਹਨਾਂ ਦਾ ਟੇਲੈਂਟ ਹੀ ਅੱਗੇ ਲਿਜਾ ਕੇ ਸਾਡੇ ਦੇਸ਼ ਦਾ ਟੇਲੈਂਟ ਬਣੇਗਾ। ਮਾਈ ਨੇਮ ਇਜ਼ ਰਿੱਧੀ, ਆਈ ਐਮ ਅ ਸਟੂਡੈਂਟ ਆਫ 10th ਕਲਾਸ ਇਨ ਵਰਧਮਾਨ ਸਕੂਲ। ਅੱਜ ਹਮਾਰੇ ਸਕੂਲ ਕਾ ਐਨੁਅਲ ਡੇ ਫੰਕਸ਼ਨ ਥਾ ਔਰ ਇਸਮੇ ਸਭੀ ਬੱਚੇ ਨੇ ਬਹੁਤ ਅੱਛਾ ਪਰਫਾਰਮੈਂਸ ਕੀਆ। ਕਈ ਬੱਚੇ ਨੇ ਪੈਟਰੀਓਟਿਕ ਸੌਂਗ ਪਰਫਾਰਮ ਕੀਆ, ਕਿਸੇ ਨੇ ਟ੍ਰੈਡੀਸ਼ਨਲ ਕੀਆ, ਕਿਸੇ ਨੇ ਡਾਂਡੀਆ ਪਰਫਾਰਮ ਕੀਆ, ਸਭੀ ਨੇ ਬਹੁਤ ਅੱਛਾ ਪਰਫਾਰਮ ਕੀਆ। ਮੈਂ ਆਪਣੇ ਪ੍ਰਿੰਸੀਪਲ ਸਰ ਡਾਕਟਰ ਸੁਨੀਲ ਜੈਨ, ਟੀਚਰਸ ਕਾ, ਪੇਰੈਂਟਸ ਕਾ ਔਰ ਚਿਲਡਰਨ ਕਾ ਥੈਂਕ ਯੂ ਬੋਲਣਾ ਚਾਹੂੰਗੀ ਕਿਉਂਕਿ ਕਿ ਉਹਨਾਂ ਨੇ ਆਪਣਾ ਟਾਈਮ ਨਿਕਾਲਾ ਔਰ ਆਪਣੇ ਬਿਜ਼ੀ ਸ਼ਡਿਊਲ ਸੇ ਟਾਈਮ ਨਿਕਾਲ ਕੇ ਫੰਕਸ਼ਨ ਪੋਸੀਬਲ ਕੀਆ। ਸੋਨੀ ਢੱਲਾ, ਦਿਵਿਆ ਪੰਜਾਬ ਟੀਵੀ, ਗਿੱਦੜਬਾਹਾ।